ਮਨਿੰਦਰ ਸਿੰਘ ਹੈ ਜੀ ਮੇਰਾ ਨਾਮ। ਕਿਹੜੀ ਜਗ੍ਹਾ ਤੇ ਤੁਸੀਂ ਧਰਨਾ ਲਾਇਆ ਹੋਇਆ ਤੇ ਕਿਸ ਵਿਹਾਬ ਤੇ ਲਾਇਆ ਉਹਦੇ ਬਾਰੇ ਕੁਝ ਦੱਸੋਗੇ? ਇਹ ਜੀ ਜਗ੍ਹਾ ਹੈਗੀ ਹੈ ਸੈਕਟਰ 66 ਮੋਹਾਲੀ, ਬੈਸਟੈਕ ਮਾਲ ਹੈ ਜੀ ਇਹ। ਇਹਦੇ ਨੀਚੇ ਰਿਲਾਇੰਸ ਦੀ ਮਾਰਕੀਟ ਰੋਕੀ ਹੋਈ ਹੈ ਜੀ। ਅਸੀਂ ਰਿਲਾਇੰਸ ਦੀ ਮਾਰਕੀਟ ਹੈ ਬਹੁਤ ਵੱਡੀ ਇੱਥੇ, ਉਹ ਅਸੀਂ ਰੋਕੀ ਹੋਈ ਆ। ਕਿਸਾਨ ਜਿਹੜੇ ਤੁਸੀਂ ਕਿਸਾਨ ਹੋ ਜਾਂ ਕਿਸਾਨ ਸਮਰਥਕ ਹੋ ਜਿਹੜੇ ਇੱਥੇ ਬੈਠੇ ਹੋ, ਮੰਗ ਕੀ ਆ? ਨਹੀਂ ਕਿਸਾਨ ਹੈ ਜੀ ਸਾਰੇ, ਕਿਸਾਨ ਸਮਰਥਕ ਵੀ ਹੈ, ਕਿਸਾਨ ਹੈ ਅਸੀਂ। ਅਤੇ ਕਿਉਂ ਧਰਨਾ ਕਿਉਂ ਦੇ ਰਹੇ ਹੋ, ਕਿੰਨੇ ਟਾਈਮ ਤੋਂ ਧਰਨਾ ਦੇ ਰਹੇ ਹੋ, ਉਹਦਾ ਮਕਸਦ ਕੀ? ਧਰਨਾ ਦੇਣ ਦਾ ਮਕਸਦ ਇਹ ਹੈ ਜੀ, ਜਿਹੜੇ ਆਪਣਾ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਬਣਾਏ 3 ਜੀ ਆ, ਉਹ ਕਿਸਾਨਾਂ ਦੇ ਹੱਕ 'ਚ ਨਹੀਂ ਹੈਗੇ ਜੀ ਉਹ, ਇਸ ਕਰਕੇ ਧਰਨਾ ਦੇ ਰਹੇ ਹਾਂ ਜੀ, ਤਾਂ ਕਿ ਵੀ ਉਹ ਕਾਨੂੰਨ ਹੈ ਜਿਹੜੇ ਵੀ ਰੱਦ ਕੀਤੇ ਜਾਣ। ਇਹ ਕਾਨੂੰਨ ਸਾਨੂੰ ਮਨਜ਼ੂਰ ਨਹੀਂ, ਕਿਸਾਨਾਂ ਦੇ ਫੇਵਰ 'ਚ ਨਹੀਂ ਹੈ ਇਹ ਜਿਹੜੇ ਆਪਣੇ ਕਾਰਪੋਰੇਟ ਘਰਾਣੇ ਹੈਗੇ, ਇਹ ਸਿਰਫ ਉਹਨਾਂ ਨੂੰ ਆਪਣਾ ਪ੍ਰੋਫਿਟ ਦੇਣ ਦੇ ਲਈ ਕਾਨੂੰਨ ਬਣਾਏ ਗਏ ਆ ਸਾਡੇ। ਤੁਸੀਂ ਇੱਥੇ ਪੱਕਾ ਧਰਨਾ ਲਾਇਆ ਹੋਇਆ, ਇਹ ਇਸੀ ਦੀ ਗਰੰਟੀ ਲੈ ਕੇ ਬੈਠੇ ਹੋ ਕਿ ਤਾਂ ਕਿ ਇਹ ਮਾਲ ਜਾਂ ਜੋ ਵੀ ਇੱਥੇ ਖੁੱਲ ਨਾ ਸਕੇ, ਤਾਂ ਕਿ ਤੁਸੀਂ ਆਪਣਾ ਵਧੀਆ ਤਰੀਕੇ ਨਾਲ ਰੋਸ ਪ੍ਰਗਟ ਕਰ ਸਕੋ? ਬਿਲਕੁਲ ਜੀ ਬਿਲਕੁਲ, ਇਸੇ ਕਰਕੇ ਤਾਂ ਇਹਦਾ ਪਹਿਰਾ ਦਿੱਤਾ ਜਾ ਰਿਹਾ ਜੀ, ਰਿਲਾਇੰਸ ਦੀ ਮਾਰਕੀਟ ਰੋਕ ਕੇ ਜੀ, ਹਾਂ ਵੀ ਮਾਰਕੀਟ ਵੀ ਖੁੱਲ੍ਹਣੀ ਦੇਣੀ ਅਸੀਂ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੀ। ਕਿੰਨਾ ਟਾਈਮ ਹੋ ਗਿਆ ਅਤੇ ਕਿਹੜੇ ਕਿਹੜੇ ਪਿੰਡ ਦੇ ਲੋਕ ਇੱਥੇ ਆਉਂਦੇ ਆ ਡੇਲੀ, ਉਹ ਬੈਠਦੇ ਨੇ? ਸਾਨੂੰ ਤਕਰੀਬਨ ਜੀ 9 ਮਹੀਨੇ ਹੋ ਚੱਲੇ ਜੀ ਇੱਥੇ ਬੈਠਿਆਂ ਨੂੰ ਜੀ, ਅਤੇ ਜਿਹੜੇ ਪਿੰਡਾਂ ਦੇ ਨੇੜੇ ਤੇੜੇ ਦੇ ਲੋਕ ਹੈਗੇ ਆ ਜੀ ਆਪਣਾ, ਜਿਵੇਂ ਕੁੰਭੜਾ ਪਿੰਡ ਹੈ ਜੀ, ਮੌਲੀ, ਵੈਦਵਾਨ, ਚੀਲਾ, ਉਹ ਪਾਪੜੀ ਆ, ਕੰਬਾਲਾ, ਕੰਬਾਲੀ ਆ, ਚੌ ਮਾਜਰਾ ਜੀ ਆ, ਸੁਹਾਣਾ ਗਰੁੱਪ ਹੋ ਗਿਆ ਜੀ, 68 ਸੈਕਟਰ ਤੋਂ ਅੰਕਲ ਹੋਰੀ ਆਉਂਦੇ ਆ, 11 ਫੇਸ ਤੋਂ ਆਉਂਦੇ ਆ ਜੀ, ਅਤੇ ਹੋਰ ਬੰਦੇ ਜਿਹੜੇ ਨੇੜੇ ਤੇੜੇ ਦੇ ਸ਼ਹਿਰ ਦੇ ਬੰਦੇ ਆ ਜੀ। ਹੋਰ ਇੰਨੀ ਗਰਮੀ ਪੈ ਰਹੀ ਹੈ, ਟਾਈਮ ਜਿਹੜਾ ਬੜਾ ਲੰਬਾ ਦੱਸ ਰਿਹਾ, ਤੁਸੀਂ ਇੱਥੇ ਬੈਠੇ ਹੋ, ਕਿਹੜੀਆਂ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਜੀ? ਚਲੋ ਕਠਿਨਾਈਆਂ ਤਾਂ ਜੀ ਹੁਣ ਵੀ ਝੱਲਣੀਆਂ ਪੈਣੀਆਂ ਜੀ, ਹਾਂਜੀ ਜੀ, ਸਰਕਾਰ ਨਾਲ ਹੁਣ ਆਪਣੀਆਂ ਮੰਗਾਂ ਮਨਵਾਉਣੀਆਂ, ਕਿ ਸਰਕਾਰ ਨੂੰ ਕਠਿਨਾਈਆਂ ਤਾਂ ਝੱਲਣੀਆਂ ਪਊਂਗੀਆਂ ਜੀ। ਬਾਕੀ ਚਲੋ ਕੋਈ ਗੱਲ ਨਹੀਂ, ਪੰਜਾਬੀ ਕੌਮ ਹੈ ਜੀ, ਇੰਨਾ ਕੁ ਤਾਂ ਚੱਲਦਾ, ਇੰਨੀਆਂ ਕਠਿਨਾਈਆਂ ਤਾਂ ਝੱਲੇ ਸਕਦੇ ਹਾਂ ਜੀ। ਕੀ ਲੱਗਦਾ ਕੀ ਹੈ, ਕਿਆ ਇਹ ਜਿਹੜੇ 3 ਕਾਲੇ ਕਾਨੂੰਨ ਹੈ ਕ੍ਰਿਸ਼ੀ ਦੇ ਜਾਂ ਖੇਤੀਬਾੜੀ ਦੇ ਜਿਹੜੇ ਕਾਨੂੰਨ ਦੇ ਪਿੱਛੇ ਤੁਸੀਂ ਲੜਾਈ ਲੜ ਰਹੇ ਹੋ, ਕਿੰਨੀ ਕੁ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ, ਕਿਉਂਕਿ ਚੋਣਾਂ ਵੀ ਆ ਰਹੀਆਂ ਅਤੇ ਇਹਦੇ 'ਚ ਬੀਜੇਪੀ ਗੌਰਮੈਂਟ ਦਾ ਵਿਰੋਧ ਵੀ ਕਰੋਗੇ? ਹਾਂਜੀ ਵਿਰੋਧ ਤਾਂ ਹੋ ਰਿਹਾ ਜੀ ਬੀਜੇਪੀ ਗੌਰਮੈਂਟ ਦਾ, ਵਿਰੋਧ ਤਾਂ ਥਾਂ ਥਾਂ 'ਤੇ, ਸੜਕਾਂ 'ਤੇ ਦੇਖ ਲਓ ਜੀ, ਤੁਸੀਂ ਦੇਖ ਲਓ ਚਲੋ ਚੌਂਕ ਚੌਂਕਾਂ 'ਤੇ, ਲਾਈਟਾਂ 'ਤੇ ਦੇਖ ਲਓ ਜੀ, ਸ਼ਾਮ ਨੂੰ ਕਿੰਨਾ ਪ੍ਰੋਟੈਸਟ ਕਰ ਰਹੇ ਹੈ ਲੋਕ, ਪੀਸਫੁਲ ਪ੍ਰੋਟੈਸਟ ਕਰ ਰਹੇ ਹੈ ਜੀ। ਹੌਸਲੇ 'ਚ ਕੋਈ ਘਾਟ ਨਹੀਂ ਹੈ? ਨਾ ਜੀ ਨਾ, ਬਿਲਕੁਲ ਕੋਈ ਘਾਟ ਨਹੀਂ ਹੈ ਜੀ ਹੌਸਲੇ 'ਚ, ਪੂਰੀ ਉਮੀਦ ਹੈ ਜੀ ਵੀ ਜਿੱਤ ਕੇ ਪ੍ਰਾਪਤ ਕਰੂੰਗਾ ਜੀ। ਅਪਡੇਟਸ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ।